ਨੀ ਦੇ ਕਰਕੇ ਦਾ ਐਕਸੀਡੈਂਟ ਹੋਇਆ ਜਦ ਕਿ ਲੋਕ ਵੀ ਆ ਕੇ ਸਾਈਡ ਤੇ ਲੈ ਕੇ ਤੁਰ ਜਾਂਦੇ ਕੋਈ ਪਾਸਟ ਨਹੀਂ ਕੋਈ ਪੁਲਿਸ ਵਾਲਾ ਪੁੱਛ ਨਹੀਂ ਰਿਹਾ ਉਹਨਾਂ ਪਾਸੇ ਕੀਤਾ ਵਾਲਾ ਚਾਹੀਦੇ ਤੋਂ ਇਹੀ ਟਰੱਕ 'ਚ ਨਾ ਕਰ ਉਹਨਾਂ ਦੇ ਵੱਧ ਤੋਂ ਵੱਧ ਗਾਡਰ ਚਲਾ ਕੇ ਗੱਡੀ ਟੁੱਟ ਜਾਂਦੀ ਬੱਚੇ ਸਾਡੇ ਬੱਚੇ ਦੀ ਜਿੰਦਗੀ ਤੁਹਾਨੂੰ ਇਹ ਲੱਗਦਾ ਵੀ ਇੱਥੇ ਵਾਹਨ ਰੋਡ ਤੇ ਖੜਦੇ ਵੀ ਇਹਨਾਂ ਨਾਲ ਦੁਰਘਟਨਾ ਹੋ ਸਕਦੀ ਹੈ ਜੋ ਢਾਬੇ ਆ ਠੀਕ ਹੈ ਢਾਬਿਆਂ ਤੇ ਖੜਨਾ ਪਰ ਸਾਈਡ ਰੋਡ ਤੇ ਖੜਨ ਉਹਨਾਂ ਸਾਈਡ ਤੇ ਖੜੂ ਜਗ੍ਹਾ ਬਣਾਈ ਚਾਹੀਦੀ ਸਰਵਿਸ ਰੋਡ ਬਣਾ ਦੇ ਪਣੀ ਆ ਇਸੇ ਕਰਕੇ ਚੱਲ ਜੀ ਸਾਈਡ ਤੇ ਕਰਦੇ ਉਹਨਾਂ ਪਾਸੇ ਕੱਟਾ ਚਾਹੀਦਾ ਜਾਂ ਕੋਈ ਖਰਾਬ ਹੋਇਆ ਗੱਡੀ ਉਹਦੇ ਰਿਪੇਅਰ ਕਰਨੀ ਚਾਹੀਦੀ ਅੱਛਾ ਜੀ ਰਾਤੀ ਜਲੰਧਰੋਂ ਆਇਆ ਰਿਹਾ ਸੀ ਤਾਂ ਹੀ ਤਾਂ ਰੁਕਿਆ ਸੀ ਮੈਂ ਨਾ ਆਇਆ ਕੋਈ ਨਹੀਂ ਫਿਰ ਆ ਪਤਾ ਨਹੀਂ ਕੀ ਫੋਨ ਚ ਆਇਆ ਫਿਰ ਕਹਿੰਦਾ ਨਹੀਂ ਮੈਂ ਆ ਜਾਣਾ ਰਾਤ ਦਾ ਸੱਤਰ ਰਹਿੰਦੇ ਹੋ ਜਲੰਧਰ ਮੈਂ ਉੱਥੇ ਰੁਕਿਆ ਆ ਹੀ ਮੁੰਡਾ ਭੱਜ ਜਾਂਦਾ ਅਤੇ ਪਤਾ ਨਹੀਂ ਕੀ ਹੈ ਕਿਉਂਕਿ ਗੱਡੀ ਨੇ ਬ੍ਰੇਕ ਮਾਰੀ ਆ ਅਤੇ ਉਹਨੇ ਪਿੱਛੋਂ ਬ੍ਰੇਕ ਮਾਰ ਕੇ ਉਹਨੇ ਉਹਨੂੰ ਸੋਚਿਆ ਵੀ ਅੱਗੇ ਸ਼ਾਇਦ ਨਾ ਵਜੇ ਅਤੇ ਸਾਈਡ ਤੋਂ ਨਿਕਲ ਜਾਵਾਂ ਅੱਗੇ ਟਰਾਲਾ ਖੜ੍ਹਾ ਸੀ ਉਹਨੂੰ ਜਗ੍ਹਾ ਹੀ ਨਹੀਂ ਮਿਲੀ ਬ੍ਰਦਰ ਨੇ ਹੈਗੇ ਨੇ ਰਾਤੀ ਆ ਰਹੇ ਸੀਗੇ ਰਸਤੇ 'ਚ ਅਤੇ ਜੋ ਹੁਣ ਅਸੀਂ ਬਾਅਦ 'ਚ ਪਤਾ ਲੱਗਿਆ ਹੈਗਾ ਢਾਬੇ ਵਾਲਿਆਂ ਨੇ ਪਤਾ ਕੀਤਾ ਹੈਗਾ ਫਿਰ ਬ੍ਰੇਕ ਵੱਜੀ ਹੈ ਨਾ ਜਾਂ ਤਾਂ ਸਾਹਮਣੇ ਕੁਛ ਆਇਆ ਹੈਗਾ ਅਤੇ ਜਾਂਦੇ ਜਾਂਦੇ ਟਰਨ ਕੀਤਾ ਅਤੇ ਇਸ ਪਾਸੇ ਜਗ੍ਹਾ ਨਹੀਂ ਮਿਲੀ ਕਹਿੰਦੇ ਟਰਾਲਾ ਖੜ੍ਹਾ ਸੀ ਕਿ ਜਿੱਥੇ ਵੱਜੀ ਹੈ ਟਰਾਲੇ ਦਾ ਪਿਛਲਾ ਜਿਹੜਾ ਮਰਗਾੜ ਜਿਹਾ ਟੁੱਟਿਆ ਪਿਆ ਸੀ ਰਾਤੀ ਆਪਾਂ ਦੇਖਿਆ ਹੈਗਾ ਉਹ ਮੈਨੂੰ ਲੱਗਦਾ ਬਾਅਦ ਚਲਾ ਗਿਆ ਸਾਡੇ ਆਉਣ ਤੋਂ ਪਹਿਲੇ ਪਹਿਲੇ ਇਹ ਤੁਸੀਂ ਉਹ ਇਕੱਲੇ ਸੀ ਜਿਹੜੇ ਸਫ਼ਰ ਕਰਦੇ ਕੀ ਨਾਂ ਉਹਨਾਂ ਦਾ ਰਵਿੰਦਰ ਕਿਹਦੇ ਹੋਈ ਕਿੱਥੇ ਦੇ ਬੰਦੇ ਨੇ ਇਹ ਪੰਜਾਬ ਲੁਧਿਆਣੇ ਦੇ ਜੀ ਰਾਤੀ ਮੁੰਡਾ ਸੀ ਰਵਿੰਦਰ ਸਿੰਘ ਆਪਣੀ ਜਲੰਧਰ ਤੋਂ ਆ ਰਿਹਾ ਸੀਗਾ ਗੱਡੀ ਆਪਣੀ ਕਾਰ ਸੀਗੀ ਟਾਟਾ ਵਾਲਿਆਂ ਦੀ ਇਹਦੇ ਵਿੱਚ ਡੈਥ ਕਿੰਨੇ ਸਫ਼ਰ ਕਰਿਆ ਸੀ ਇਹਦੇ ਵਿੱਚ ਇੱਕੋ ਇਕੱਲਾ ਮੁੰਡਾ ਸੀ ਰਵਿੰਦਰ ਸਿੰਘ ਅੱਛਾ ਕੰਟੇਨਰ ਚ ਵੱਜਣ ਨਾਲ ਗੱਡੀ ਇੱਕ ਤਰ੍ਹਾਂ ਨਸ਼ਟ ਹੋ ਗਈ ਅਤੇ ਹੁਣ ਤੁਸੀਂ ਕੀ ਕਰਵਾਈ ਕਰਦੇ ਉੱਥੇ ਹੁਣ ਦੀ ਕਾਰਵਾਈ ਜੋ ਬਣ ਗਈ ਬੋਡੀ ਜਿਹੜੀ ਆ ਬੋਡੀ ਹਸਪਤਾਲ